मैं हवाले लगा करना आ जी एस एल आर ठीक है बार पत्रकार भी खड़े आ पुलिस पूरी खड़ी आ जे इन्होंने मैनू गोली मारी या मेरा मुकाबला बनाया तो जिम्मेवार पुलिस होगी ज मैं नहीं क्योंकि मैं आत्मसमर्पण कर लगा हूँ ये पुलिस की मर्जी आ कि मैनू जी गोली मारनी आ जे गन मैं देने तैयार हाँ हूँ मैं बार बूह खोल लगा तो पुलिस जी बापू चुक वेरी गुड वेरी गुड वेरी गुड बहुत वधिया बहुत वधिया बहुत वधिया कल ये जी मेरे भैन की गड्डी आ ठीक है जी आ मेरा भणवैया वा ते उन्हां नूं मैं झूठ बोल के ते फिर आया सीगा मैनू मैं किसी फ्रेंड नूं मिल जाना नहीं फोन नहीं करना मैं फ्रेंड नूं मतलब करना ही ये बहुत कुछ है मैं नहीं जाना फ्रेंड नूं मिल जाना एक घंटे वास्ते गड्डी मंगी उन्होंने बेचारे नूं पता नहीं ठीक है जी ते अंदर मेरी दवाई भी पई जे दिमाग दवाई हाँ जी वह मेरी गल सुनो वह मुड़ के फिर इतने ये मैनू पता है भी ये अड्डा बहुत वधिया वा एक मतलब अपनी गल रखण दा ठीक है जी मैनू ये इतने मैं ये करके लड़न वास्ते नहीं आया भी जा मैं ये मुकाबला करने वास्ते कोई वधिया गल जगह ही जा ये जी एस एल आर कोई बड़ी वधिया गन आ मुकाबले वास्ते ये बिल्कुल अंग्रेजा के टाइम की गन है कोई हूँ ये तो वैसे जी फौज डेड कर दिंदी आ गन पुलिस को आई दी जी पुलिस डेड कर दिंदी आ साडे वर्गियां को मुड़ के गन उसां च आ जांदियां सो इस करके ये मैं अपनी लड़न वास्ते नहीं लई ये सिर्फ अपनी गल रखने वास्ते लई ही कि मेरी सुनवाई नहीं हो रही तो वह बंदे आम आदमी पार्टी के आ ठीक है जी इस करके मैं ये अड्डा चुनिया ही भी जो इतने ਕਿਹੜੇ ਪਿੰਡ ਦੇ ਬੰਦੇ ਆ ਗੁਰਦਾਸ ਨੰਗਲ ਪਿੰਡ ਦੇ ਤੁਹਾਡਾ ਨਗਰ ਕਿਹੜਾ ਮੇਰਾ ਵੀ ਗੁਰਦਾਸ ਨੰਗਲ ਆ ਤੁਹਾਡਾ ਨਾਮ ਕੀ ਆ ਜਸਵਿੰਦਰ ਸਿੰਘ ਆ ਪਿਤਾ ਦਾ ਨਾਮ ਜਸਵਿੰਦਰ ਸਿੰਘ ਇਹ ਮਸਲਾ ਕੀ ਆ ਸਰ ਦਾ ਮਸਲਾ ਯਾਰ ਮੈਂ ਚਾਰ ਵਾਰੀ ਮੈਂ ਦੱਸ ਚੁੱਕਾ ਉਹ ਨਵੇਂ ਪੱਤਰਕਾਰ ਆਏ ਆ ਨਵੇਂ ਬੰਦੇ ਆਏ ਦਾ ਚਲੋ ਇੱਕ ਮਿੰਟ ਗ੍ਰੰਥੀ ਸਿੰਘ ਦਾ ਮਸਲਾ ਗ੍ਰੰਥੀ ਦੀ ਤਨਖਾਹ ਦਾ ਉਹ ਗ੍ਰੰਥੀ ਦੀ ਤਨਖਾਹ ਜਿਹੜੀ ਸੀ ਉਹ ਗ੍ਰੰਥੀ ਦੀ ਤਨਖਾਹ ਸੀ 6500 ਰੁਪਇਆ ਕਿਹੜੇ ਪਿੰਡ ਦਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਿਲਾ ਇੱਕ ਗੜੀ ਉਹ ਕਮੇਟੀ ਅੰਡਰ ਆ ਇਹ ਜਿਹੜਾ ਗੁਰਦਾਸ ਨੰਗਲ ਦੇ ਅੰਦਰ ਹਾਂ ਉਹ ਇੱਕ ਕਮੇਟੀ ਦੇ ਅੰਡਰ ਆ ਗੁਰਦੁਆਰਾ ਇੱਕ ਕਿਲਾ ਜਿਹੜਾ ਵਾ ਉਹ ਇੱਥੇ ਆ ਪਿੰਡ ਦੇ ਵਿੱਚ ਉਹ ਕਮੇਟੀ ਦਾ ਮੈਂ ਵੀ ਮੈਂਬਰ ਹਾਂ ਮੈਂ ਇਹਨਾਂ ਨੂੰ ਕਿਹਾ 500 ਨਾਲ ਗਰੰਟੀ ਦਾ ਗੁਜ਼ਾਰਾ ਨਹੀਂ ਹੁੰਦਾ 500 ਮਹੀਨੇ ਦਾ ਮੇਰੇ ਜਿੰਮੇ ਲਾ ਦਿਓ ਬਾਕੀ ਤੁਸੀਂ ਪਾ ਦਿਓ ਉਹਦੀ ਤਨਖਾਹ ਕੱਢੀਏ 15000 ਇਹ ਗੱਲ ਤੋਂ ਗੱਲਬਾਤੀ ਵੱਧ ਗਈ ਤੇ ਮੇਰਾ ਜਿਹੜਾ ਕਸੂਰ ਆ ਉਹ ਮੈਂ ਭੁਗਤਣ ਨੂੰ ਤਿਆਰ ਹਾਂ ਜਿਹੜਾ ਮੈਂ ਕਾਨੂੰਨ ਤੋੜਿਆ ਵਾ ਪੁਲਿਸ ਨਹੀਂ ਫਿਰ ਤੁਹਾਡਾ ਪੁਲਿਸ ਕੀ ਪੁਲਿਸ ਨਾਲ ਕੀ ਮਸਲਾ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਐਸਾ ਕਿਉਂ ਕਹਿੰਦਾ ਤੇਰੇ ਗੱਲੇ ਵਾਸਤੇ ਖਾਣਾ ਖੋਲ ਕੇ ਥੋੜਾ ਵਿੱਚ ਸਰਜੀਤ ਸਿੰਘ 4 ਦਿਨ ਹੋ ਗਿਆ ਮੈਨੂੰ ਫਿਰ ਹਾਰ ਗਏ ਮੈਂ ਇਹਦੇ ਥਾਣੇ 'ਚੋਂ ਗੰਨ ਖੜਨੀ ਆ ਤੇ ਫਿਰ ਇੱਥੇ ਆਉਣਾ ਵਾ ਤੇ ਮੈਂ ਸਾਰਾ ਫਿਰ ਕੱਲ੍ਹ ਦਾ ਸਮਾਨ ਖਰੀਦਿਆ ਵੀ ਜੇ ਮੈਨੂੰ ਇੱਕ ਦਿਹਾੜੀ ਕੱਟਣੀ ਪਊਗੀ ਪੁਲਿਸ ਫੋਰਸ ਆਉਣ ਤੇ ਚਲੋ ਤੇ ਫਿਰ ਆ ਇੱਥੋਂ ਤੱਕ ਰਹਿ ਹੁਣ ਤੁਸੀਂ ਕੀ ਚਾਹੁੰਦੇ ਹੋ ਲਾਸਟ ਮੈਂ ਇਹੋ ਚਾਹੁੰਦਾ ਵੀ ਉਹਨਾਂ ਤੇ ਐਫ ਆਈ ਹੋਣੀ ਐਫ ਆਈ ਆਰ ਹੋਣੀ ਚਾਹੀਦੀ ਆ ਪਰ ਗੱਲ ਮੇਰੀ ਇਹ ਹੋਈ ਸੀ ਇਹਨਾਂ ਨਾਲ ਵੀ ਐਫ ਆਈ ਆਰ ਉਹਨਾਂ ਤੇ ਹੋਣੀ ਚਾਹੀਦੀ ਆ ਹੁਣ ਪਤਾ ਨਹੀਂ ਵੀ ਇਹ ਆਪਣੇ ਬਚਨਾਂ ਤੇ ਪੂਰੇ ਰਹਿਣਗੇ ਜਾਂ ਨਹੀਂ ਰਹਿਣਗੇ ਪੁਲਿਸ ਨੇ ਨਹੀਂ ਕਰਨੀ ਆ ਜਾਂ ਨਹੀਂ ਕਰਨੀ ਇਹ ਨਹੀਂ ਮੈਨੂੰ ਪਤਾ ਪਰ ਮੈਂ ਸਿਰਫ ਇਹਨਾਂ ਨੇ ਕਿਹਾ ਵੀ ਐਫ ਆਈ ਆਰ ਹੋਊਗੀ ਇਨਸਾਫ ਜਿਹੜਾ ਵਾ ਤੈਨੂੰ ਮਿਲੂਗਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਇਹ ਹੁਣ ਗਾੜੀ ਤੁਹਾਡੇ ਤੇ ਆ ਜਾਂ ਇਹ ਅਫਸਰਾਂ ਤੇ ਆ ਮੈਂ ਯਕੀਨ ਕੀਤਾ ਅਫਸਰ ਬਹੁਤ ਵਧੀਆ ਮੈਂ ਗੱਲਬਾਤ ਇਹਨਾਂ ਨਾਲ ਕੀਤੀ ਆ ਬੜੇ ਵਧੀਆ ਲੱਗੇ ਮੈਨੂੰ ਇਹ ਵੀ ਅਫਸਰ ਬਹੁਤ ਵਧੀਆ ਨੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਮੈਨੂੰ ਹੈਂਡਲ ਕੀਤਾ ਵਾ ਤੇ ਮੈਂ ਵੀ ਇਹਨਾਂ ਨੂੰ ਆਪਣੀ ਗੱਲ ਜਿਹੜੀ ਆ ਰੱਖੀ ਇਹਨਾਂ ਨੇ ਸੁਣੀ ਆ ਮੈਨੂੰ ਪੂਰੀ ਆਸ ਆ ਵੀ ਇਹ ਵਧੀਆ ਕਰਨਗੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇੱਕ ਮੈਨੂੰ ਗੱਲ ਆ ਪਿੰਡ ਪਿੰਡ 'ਚ ਵੀ ਜਿਹੜੇ ਕਹਿੰਦੇ ਆ ਨਾ ਵੀ ਗ੍ਰੰਥੀ ਜਾਂ ਅਕਾਲ ਤਖਤ ਦਾ ਜਹੇਦਾਰ ਜਿਹੜਾ ਬਾਦਲ ਦੀ ਜੇਬ 'ਚੋਂ ਨਿਕਲਦਾ ਪਰਚੀ ਉਹ ਕਹਿ ਦਿੰਦਾ ਹੱਥ 'ਚ ਕਿਰਪਾਨ ਫੜ ਕੇ ਬੈਗ ਤੇ ਬੋਲੀ ਚਲੀ ਜਾਂਦਾ ਤੇ ਹੁਕਮਨਾਮਾ ਕਰ ਦਿੰਦਾ ਯਾਰੀ ਤੇ ਜਦੋਂ ਪਿੰਡਾਂ 'ਚ ਉਹ ਲਾਗੂ ਕਰੀਦਾ ਨਾ ਅਗਲੇ ਛਿੱਤਰ ਮਾਰਦੇ ਆ ਜਹੇਦਾਰਾ ਚਲੋ ਠੀਕ
जसविंदर सिंह जी कल भी साढ़े थाने आया सी, इस तो पहला भी अपनी एप्लीकेशन के संबंध में आया सी। अज जो सवेरे आया तो इन्हें पहला जोड़े है उसे मुंशी ने गल की, मुंशी तो गल करने बाद जरा संतरी की जी राइफल जी चुक के भज गया अपनी गड्डी बह गया। उन्होंने इन्हें बथेरा रोकने की कोशिश की, बाद च पता लगा कि शायद इन्हें कोई दूसरी पार्टी के नाल जी है कमेटी गुरद्वारा साहब की वो ये कोई टशन सी, तो उन्होंने मे बी उन्होंने कोई अटैक टूक ना करना हो यही साढ़े नोट्स है। प्रशासन मानता कि कोई उन्हों खनामी हुई है, जेडे इतों तक हालात बने आ उस बंद इंसाफ नहीं मिले जिन्हें उन्हें इन्ना एक्सट्रीम स्टैप लिया जरा। पर मेरे ख्याल तक जी जेकर साढ़े को सीनियर ऑफिसर को आता तो यह मैं स्टैप भी उ साढ़े को आता असं यदि जरूर सुनवाई करते यह जे हालात पैदा करने वाले पुलिस अफसर खिलाफ कोई विभाग कार्रवाई करेगा जिम्मे उन्हें दसाया कि तेरे कल वास्ते ठाड़ा नहीं। जेकर जेकर इदा की कोई गल होगी मेरे मुलाजम ने ज एस एच ओ साहब ने कोई लापरवाही वरती तो असं फुल एक्शन लवेंगे क्योंकि इंसाफ देना साड़ी ड्यूटी है जी हर कनाल। ਜਿਹੜਾ ਸੰਤਰੀ ਦੀ ਸਰ ਇਹਨੇ ਰਾਫੇ ਚੁੱਕ ਲੈਂਦੀ ਆ ਉਹਦੇ ਖਿਲਾਫ ਕਾਰਵਾਈ ਹੋਏਗੀ ਸਰ? ਬਿਲਕੁਲ ਜੀ, ਉੱਤੇ ਦੇ ਖਿਲਾਫ ਜਿਹੜਾ ਹੈਗਾ ਐਫ ਆਈ ਆਰ ਲੋਜ ਹੋਈ ਆ ਅਸੀਂ ਉੱਚ ਵੀ ਹਾਂ ਜਿਹੜੀ ਉਹਦੀ ਡਿਮਾਂਡ ਆ ਕਿ ਮੇਰੀ ਐਫ ਆਈ ਆਰ ਦਰਜ ਕੀਤੀ ਜਾਵੇ, ਕੀ ਉਹ ਮੁਕੱਦਮਾ ਕੋਈ ਦਰਜ ਕੀਤਾ ਪੁਲਿਸ ਨੇ? ਇੱਕ ਐਫ ਆਈ ਆਰ ਦੀ ਲੋਜ ਕਰ ਰਹੇ ਹਾਂ ਜੀ, ਜਿਸ ਨੇ ਐਲੀਗੇਸ਼ਨ ਲਾਇਆ ਕਿ ਮੇਰੇ ਘਰ ਆ ਕੇ ਇਹਨੇ ਸਟੱਡ ਕੀਤਾ ਹੈ ਉਹ ਅਸੀਂ ਇੱਕ ਐਫ ਆਈ ਆਰ ਲੋਜ ਕਰ ਰਹੇ ਹਾਂ। ਇੱਕ ਹੋਰ ਐਪਲੀਕੇਸ਼ਨ ਦੀ ਗੱਲ ਕਰੇ ਉਹ ਅਸੀਂ ਅਜੇ ਇਹਨੇ ਪਹਿਲਾਂ ਪਤਾ ਨਹੀਂ ਸੀ, ਉਹ ਵੀ ਅਸੀਂ ਦੇਖਾਂਗੇ ਕਿ ਇਹਦਾ ਐਕਸ਼ਨ ਬੰਦ ਹੋਏਗਾ ਤਾਂ ਜ਼ਰੂਰ ਲਵਾਂਗੇ। ਪਰ ਇੱਕ ਕਮੇਟੀ ਦੇ ਇਕੱਲਾ ਹੀ ਇੱਕ ਮੈਂਬਰ ਐਂਟੀ ਹੋ ਗਿਆ, ਬਾਕੀ ਸਾਰੀ ਕਮੇਟੀ ਤੋਂ ਵੀ ਅਸੀਂ ਸਾਰਾ ਜਿਹੜਾ ਉਹਨਾਂ ਦੀ ਨਜ਼ਰ 'ਚ ਰੱਖ ਕੇ ਕਰਾਂਗੇ। ਮਿਹਰਬਾਨੀ ਸਾਰੇ।